ਇੱਕ ਬਹੁਤ ਵੱਡਾ ਕੰਸਰਨ ਹੈ ਵਾਤਾਵਰਨ ਕਿ ਸਾਡਾ ਪੰਜਾਬ ਦਾ ਨਹੀਂ ਸਾਰੇ ਕੰਟਰੀ ਦਾ ਹੀ ਵਾਤਾਵਰਨ ਖਰਾਬ ਹੋ ਰਿਹਾ। ਦੂਜੀ ਜਿਹੜੇ ਵਹੀਕਲਸ ਨੇ, ਹੁਣ ਵਹੀਕਲਸ ਬਹੁਤ ਵੱਧ ਰਹੇ ਨੇ, ਵਹੀਕਲ ਟ੍ਰੈਫਿਕ ਹੈਗੀ ਹੈ ਅਤੇ ਉਹਦੇ ਨਾਲ ਵੀ ਪੋਲਿਊਸ਼ਨ ਬਹੁਤ ਹੋ ਰਹੀ ਹੈ। ਉਹ ਤਾਂ ਹੈਗਾ ਕਾਲਾ ਧੂੰਆਂ, ਪਰ ਜਿਹੜਾ ਬਾਕੀ ਵਿੱਚੋਂ ਗਰਮ ਹਵਾ ਨਿਕਲਦੀ ਹੈ ਉਹ ਵੀ ਤਾਂ ਜਿਹੜੇ ਹਾਈਡਰੋਕਾਰਬਨਸ ਨੇ, ਆਪਾਂ ਡੀਜ਼ਲ ਲਾ ਰਹੇ ਹਾਂ, ਪੈਟਰੋਲ ਰਹੇ ਹਾਂ, ਉਹ ਇੰਜਣ ਦੇ ਵਿੱਚ ਜਲਦੇ ਨੇ, ਉਹ ਵੀ ਬਾਹਰ ਆ ਰਹੇ ਨੇ, ਉਹ ਸਾਫ਼ ਨਹੀਂ ਹੈਗੇ। ਸ਼ਹਿਰਾਂ ਦੇ ਵਿੱਚ ਵੀ ਜੇ ਜਿੱਥੇ ਕਿਤੇ ਨਾਲਾ ਨਿਕਲ ਰਿਹਾ, ਲੋਕ ਦੋਨੇ ਪਾਸੇ ਤੁਸੀਂ ਉੱਥੇ ਰਹਿ ਨਹੀਂ ਸਕਦੇ, ਸੋ ਹਵਾ ਵੀ ਖਰਾਬ ਹੋ ਰਹੀ ਹੈ, ਪਾਣੀ ਆਮ ਕਰਕੇ ਠੀਕ ਹੈ। ਸਾਡੀਆਂ ਦੋ ਪ੍ਰੋਬਲਮ ਹੁੰਦੀਆਂ ਨੇ, ਇੱਕ ਤਾਂ ਇਹ ਹੈਗਾ ਕਿ ਜਿਹੜਾ ਸਾਡਾ ਜਿਵੇਂ ਪੈਡੀ ਸਟਾਪ ਬਰਨਿੰਗ ਹੁੰਦਾ ਅਕਤੂਬਰ ਨਵੰਬਰ ਦੇ ਵਿੱਚ, ਉਹਦੇ ਨਾਲ ਧੂੰਆਂ ਨਿਕਲਦਾ, ਉਹਦੇ ਨਾਲ ਹਵਾ ਖਰਾਬ ਹੁੰਦੀ ਹੈ, ਸੋ PAU ਨੇ ਬਹੁਤ ਅੱਛੀ ਅੱਛੀ ਹੁਣ ਟੈਕਨੋਲੋਜੀ ਡਿਵੈਲਪ ਕੀਤੀ ਹੈ ਕਿ ਅੱਗ ਨਾ ਲੱਗੇ। ਵੱਧ ਤੋਂ ਵੱਧ ਹੁਣ ਇਕੱਲਾ ਕਲਾਈਮੇਟ ਵੀ ਚੇਂਜ ਹੋ ਰਿਹਾ, ਟੈਂਪਰੇਚਰ ਇਸ ਸਾਲ ਜਿਹੜਾ ਬਠਿੰਡੇ ਦਾ ਸੀ ਉਹ 45.5 ਡਿਗਰੀ ਸੈਂਟੀਗ੍ਰੇਡ ਹੋ ਗਿਆ ਸੀ, 47.5, ਸੋ ਉਹ ਸਾਨੂੰ ਖਦਸ਼ਾ ਹੈਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ 46, 47, 48 ਵੀ ਜਾਏਗਾ। ਸੋ ਅਸੀਂ ਐਜ ਯੂਨੀਵਰਸਿਟੀ ਅਪਲਾਈ ਕੀਤਾ ਸੀ ਅਤੇ ਸੋ ਵੀ ਆਰ ਲੱਕੀ ਕਿ ਉਹਨਾਂ ਨੇ ਸਾਨੂੰ ਇਹ ਅਵਾਰਡ ਕਿ ਪੰਜਾਬ ਗਵਰਨਮੈਂਟ ਨੇ ਪਹਿਲੀ ਵਾਰੀ ਦਿੱਤਾ ਅਤੇ ਇਨਵਾਇਰਮੈਂਟ ਅਵਾਰਡ ਹੈਗਾ, ਸੋ ਸਾਨੂੰ ਬਹੁਤ ਚੰਗਾ ਲੱਗਦਾ, ਇਹਦੇ ਨਾਲ ਮੋਟੀਵੇਸ਼ਨ ਵੀ ਹੁੰਦੀ ਹੈ। ਉਹ ਅਵਾਰਾ ਪਸ਼ੂ ਬਹੁਤ ਨੇ, ਉਹ ਹੌਲੀ ਹੌਲੀ ਪਿੱਛੇ ਖਾਂਦੇ ਰਹਿੰਦੇ ਨੇ, ਸੋ ਇਹ ਜ਼ਰੂਰੀ ਹੈਗਾ ਕਿ ਜਿੰਨੀ ਪਲਾਂਟੇਸ਼ਨ ਅਸੀਂ ਕਰਦੇ ਹਾਂ ਉਹਨੂੰ ਸੰਭਾਲਣ ਦੀ ਲੋੜ ਹੈ, ਪਹਿਲਾਂ ਉਹਦੇ ਗਾਰਡ ਵੀ ਲਾਈਏ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂ, ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਸਾਡੇ ਲੁਧਿਆਣਾ ਵਾਸੀਆਂ ਵਾਸਤੇ, ਸਾਰਿਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ ਸ਼ਹਿਰ ਦੇ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਸਨੂੰ ਜਿਹੜਾ ਵੈ ਵਾਤਾਵਰਨ ਸੰਭਾਲ ਨੂੰ ਲੈ ਕੇ ਜਿਹੜਾ ਵੈ ਸ਼ਹੀਦ ਭਗਤ ਸਿੰਘ ਸਲਾਨਾ ਅਵਾਰਡ ਜਿਹੜਾ ਵੈ ਪ੍ਰਾਪਤ ਕੀਤਾ ਗਿਆ। ਆਮ ਤੌਰ 'ਤੇ ਜਿਹੜਾ ਅਵਾਰਡ ਹੈਗਾ ਵੈ ਇਹ ਪੇਂਡੂ ਖੇਤਰਾਂ ਦੇ ਵਿੱਚ NGOs ਨੂੰ ਜਿਹੜਾ ਪ੍ਰਾਪਤ ਕੀਤਾ ਜਾਂਦਾ, ਲੇਕਿਨ ਇਸ ਵਾਰੀ ਜਿਹੜਾ ਅਵਾਰਡ ਦਾ ਜਿਹੜਾ ਅਚੀਵ ਕੀਤਾ ਵੈ ਇਹ ਕੀਤਾ ਵੈ ਇਸ ਵਾਰੀ ਸਿੱਧਾ ਸਿੱਧਾ PAU ਲੁਧਿਆਣਾ ਸ਼ਹਿਰ ਨੇ, ਅਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਡਾਕਟਰ ਸਤਬੀਰ ਜੋ ਕਿ VC ਸਰ ਨੇ, ਤਾਂ ਉਹ ਜਾਣਦੇ ਆ ਕਿੰਨਾ ਕੁ ਮਾਣ ਪ੍ਰਾਪਤ ਹੋ ਰਿਹਾ ਕਿਉਂਕਿ ਲੁਧਿਆਣਾ ਵਾਸੀਆਂ ਤੋਂ ਬਹੁਤ ਜ਼ਿਆਦਾ ਜਿਨ੍ਹਾਂ ਨੇ ਪ੍ਰਾਪਤ ਕੀਤਾ ਉੱਥੇ ਆਪ, ਅਤੇ ਕਿੱਦਾਂ ਦਾ ਮੂਵਮੈਂਟ ਸੀ ਉਹ ਸਾਰਾ? ਸਰ ਬਹੁਤ ਬਹੁਤ ਸਵਾਗਤ ਹੈ, ਬਹੁਤ ਮੁਬਾਰਕ। ਸਤਿ ਸ਼੍ਰੀ ਅਕਾਲ ਜੀ। ਸੋ ਵਾਤਾਵਰਨ ਜੋ ਆਪਾਂ ਗੱਲ ਕਰ ਰਹੇ ਹਾਂ ਇੱਕ ਬਹੁਤ ਵੱਡਾ ਕੰਸਰਨ ਹੈ ਵਾਤਾਵਰਨ ਕਿ ਸਾਡਾ ਪੰਜਾਬ ਦਾ ਨਹੀਂ ਸਾਰੇ ਕੰਟਰੀ ਦਾ ਹੀ ਵਾਤਾਵਰਨ ਖਰਾਬ ਹੋ ਰਿਹਾ, ਅਤੇ ਆਮ ਹੀ ਆਪਾਂ ਗੱਲਾਂ ਕਰਦੇ ਹਾਂ, ਖਾਸ ਕਰਕੇ ਹਵਾ ਤੋਂ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਹਵਾ ਜਿਹੜੀ ਸਾਡੀ ਹੈ ਉਹ ਸਾਫ਼ ਨਹੀਂ ਹੈਗੀ। ਜਦੋਂ ਆਪਾਂ ਲੁਧਿਆਣੇ ਦੀ ਵੀ ਗੱਲ ਕਰਦੇ ਹਾਂ ਨਾ, ਅਤੇ ਲੁਧਿਆਣੇ ਦੇ ਜਿੰਨੇ ਵੀ ਵਾਸੀ ਨੇ ਉਹ ਕਹਿੰਦੇ ਕਿ ਜਿਹੜੀ PAU ਹੈਗੀ ਇਹ ਲੁਧਿਆਣੇ ਦੇ ਲੰਗਸ ਨੇ, ਵੀ ਇੱਥੇ ਥੋੜ੍ਹੀ ਹਵਾ ਸਾਫ਼ ਹੈਗੀ, ਲੁਧਿਆਣੇ 'ਚੋਂ ਨਹੀਂ ਹਵਾ ਸਾਫ਼ ਨਹੀਂ। ਸੋ ਇਹ ਇੱਕ ਹਵਾ ਦੀ ਗੱਲ ਕਰਦੇ ਹਾਂ, ਦੂਜਾ ਪਾਣੀ, ਪਾਣੀ ਵੀ ਵਾਤਾਵਰਨ 'ਚ ਹੀ ਆਉਂਦਾ। ਸੋ ਪਾਣੀ ਵੀ ਜਿਹੜਾ ਜਦ ਤੋਂ ਹੁਣ ਅਰਬਨਾਈਜੇਸ਼ਨ ਹੋ ਰਹੀ ਹੈ ਅਤੇ ਸ਼ਹਿਰ ਵੱਡੇ ਵੱਡੇ ਬਣ ਰਹੇ ਨੇ, ਇੰਡਸਟਰੀਲਾਈਜੇਸ਼ਨ ਹੋ ਰਹੀ ਹੈ, ਇਹਦੇ ਨਾਲ ਸਾਡਾ ਜਿਹੜੀ ਹਵਾ ਹੈ ਜਿਹੜੀਆਂ ਇੰਡਸਟਰੀਜ ਲੱਗ ਰਹੀਆਂ ਨੇ, ਇੱਕ ਤਾਂ ਇੰਡਸਟਰੀ ਦੇ ਕਰਕੇ ਹਵਾ ਖਰਾਬ ਹੋ ਰਹੀ ਹੈ, ਬਹੁਤ ਸਾਰੀਆਂ ਜਿਹੜੀਆਂ ਜਿਵੇਂ ਇੰਡਸਟਰੀਆਂ ਵੱਡੀਆਂ ਨੇ ਉਹਨਾਂ 'ਚੋਂ ਸਮੋਕ ਆ ਰਿਹਾ ਬਾਹਰ। ਦੂਜੀ ਜਿਹੜੇ ਵਹੀਕਲਸ ਨੇ, ਹੁਣ ਵਹੀਕਲਸ ਬਹੁਤ ਵੱਧ ਰਹੇ ਨੇ, ਵਹੀਕਲ ਟ੍ਰੈਫਿਕ ਹੈਗੀ ਹੈ ਅਤੇ ਉਹਦੇ ਨਾਲ ਵੀ ਪੋਲਿਊਸ਼ਨ ਬਹੁਤ ਹੋ ਰਹੀ ਹੈ। ਭਾਵੇਂ ਠੀਕ ਹੈ ਆਪਾਂ ਕਹਿੰਦੇ ਹਾਂ ਕਿ ਸਰਟੀਫਿਕੇਟ ਅਸੀਂ ਕਾਰ ਦਾ ਬਣਵਾਇਆ ਹੋਇਆ ਪੋਲਿਊਸ਼ਨ ਫਰੀ ਸਰਟੀਫਿਕੇਟ ਬਣ ਜਾਂਦਾ, ਪਰ ਉਹ ਤਾਂ ਹੈਗਾ ਕਾਲਾ ਧੂੰਆਂ, ਪਰ ਜਿਹੜਾ ਬਾਕੀ ਵਿੱਚੋਂ ਗਰਮ ਹਵਾ ਨਿਕਲਦੀ ਹੈ ਉਹ ਵੀ ਤਾਂ ਜਿਹੜੇ ਹਾਈਡਰੋਕਾਰਬਨਸ ਨੇ, ਆਪਾਂ ਡੀਜ਼ਲ ਲਾ ਰਹੇ ਹਾਂ, ਪੈਟਰੋਲ ਰਹੇ ਹਾਂ, ਉਹ ਮਸ਼ੀਨ ਇੰਜਣ ਦੇ ਵਿੱਚ ਜਲਦੇ ਨੇ ਅਤੇ ਉਹ ਵੀ ਬਾਹਰ ਆ ਰਹੇ ਨੇ, ਉਹ ਸਾਫ਼ ਨਹੀਂ ਹੈਗੇ ਅਤੇ ਉਹ ਸਾਰਾ ਹਵਾ ਖਰਾਬ ਹੋ ਰਹੀ ਉਹਦੇ ਨਾਲ। ਸੋ ਪਾਣੀ ਜਿਹੜਾ ਸਾਡਾ ਹੈਗਾ ਵੀ ਪਾਣੀ ਵੀ ਦੇਖੋ, ਇੱਕ ਤਾਂ ਇੰਡਸਟਰੀ ਜਿਹੜੀ ਹੈ ਉਹ ਪਾਣੀ ਜਿਹੜਾ ਇੰਡਸਟਰੀ 'ਚੋਂ ਨਿਕਲਦਾ, ਚਾਹੇ ਉਹਨਾਂ ਨੇ ਪਿਊਰੀਫਾਇਰ ਲਾਏ ਹੋਏ ਨੇ ਪਰ ਉਹ 100% ਪਿਊਰੀਫਿਕੇਸ਼ਨ ਨਹੀਂ ਹੋ ਰਹੀ, ਅਤੇ ਜਿਵੇਂ ਹੁਣ ਬੁੱਢਾ ਨਾਲਾ ਜੇ ਆਪਾਂ ਦੇਖ ਲਏ ਲੁਧਿਆਣੇ ਦੇ ਵਿੱਚ, ਅਤੇ ਉਹ ਕਾਲੇ ਰੰਗ ਦਾ ਪਾਣੀ ਹੈ,
ਅਤੇ ਉਹ ਪਾਣੀ ਜਿਹੜਾ ਹੈਗਾ ਹੌਲੀ ਕਰਕੇ ਅੱਗੇ ਜਾ ਕੇ ਪਿੰਡਾਂ ਦੇ ਵਿੱਚ ਕਾਫੀ ਦੂਰ ਤੱਕ ਸਤਲੁਜ ਜਾ ਪਹੁੰਚਦਾ ਹੈਗਾ ਅਤੇ ਉਹ ਪਾਣੀ ਵਿੱਚ ਬਹੁਤ ਸਾਰੇ ਕੈਮੀਕਲਸ ਨੇ ਅਤੇ ਸਮੈਲ ਵੀ ਬਹੁਤ ਆਉਂਦੀ, ਹਵਾ ਵੀ ਖਰਾਬ ਹੁੰਦੀ ਉਹਦੇ ਨਾਲ, ਅਤੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਕਿਤੇ ਨਾਲਾ ਨਿਕਲ ਰਿਹਾ ਲੋਕ ਦੋਨੇ ਪਾਸੇ ਤੁਸੀਂ ਉੱਥੇ ਰਹਿ ਨਹੀਂ ਸਕਦੇ, ਸੋ ਹਵਾ ਵੀ ਖਰਾਬ ਹੋ ਰਹੀ ਹੈ, ਪਾਣੀ ਉਹ ਜਿਹੜਾ ਪਾਣੀ ਫਿਰ ਨਾਲੇ ਇੱਦਾਂ ਦਾ ਹੈਗਾ ਨਾ ਗੰਦੇ ਨਾਲੇ ਦਾ ਪਾਣੀ ਜਿੱਥੇ ਅੱਗੇ ਸਬਜ਼ੀਆਂ ਲੱਗ ਰਹੀਆਂ ਨੇ, ਆਮ ਲੋਕ ਪ੍ਰੈਫਰ ਕਰਦੇ ਬਹੁਤ ਸਾਰੇ ਜਿਹੜੇ ਵੈਜੀਟੇਬਲ ਗਰੋਅਰਸ ਨੇ ਉਹ ਗੰਦੇ ਨਾਲੇ ਦਾ ਪਾਣੀ ਵੀ ਸਸਤਾ ਵੀ ਹੈਗਾ ਉੱਥੋਂ ਲਾਈ ਜਾਂਦੇ, ਉਹਨਾਂ ਨੂੰ ਤਾਂ ਇਹ ਵੀ ਲੱਗਦਾ ਕਿ ਇਹਦੇ ਵਿੱਚ ਕਾਫੀ ਮਲਮੂਤਰ ਹੈਗਾ ਅਤੇ ਉਹ ਖਾਦ ਦਾ ਕੰਮ ਵੀ ਕਰਦਾ, ਪਰ ਉਹਦੇ ਜਿਹੜੇ ਹੈਵੀ ਮੈਟਰਜ ਨੇ ਲੈਡ ਆਰਸੈਨਿਕ ਅਸੀਂ ਟੈਸਟ ਕੀਤੇ ਨੇ ਉਹ ਨਿਕਲਦੇ ਨੇ, ਉਹ ਹੌਲੀ ਹੌਲੀ ਪਾਣੀ ਦੇ ਵਿੱਚੋਂ ਸਬਜ਼ੀਆਂ 'ਚ ਅਤੇ ਫਰੂਟ 'ਚ ਵੀ ਆ ਰਹੇ ਨੇ ਜਿਹੜੀਆਂ ਸਬਜ਼ੀਆਂ ਅਸੀਂ ਖਾ ਰਹੇ ਹਾਂ। ਕਈ ਲੋਕਾਂ ਨੂੰ ਅਵੇਅਰਨੈਸ ਹੈਗੀ, ਉਹ ਕਹਿੰਦੇ ਜਿਹੜੇ ਗੰਦੇ ਨਾਲੇ ਦੇ ਨੇੜੇ ਨੇੜੇ ਸਬਜ਼ੀ ਲੱਗੀ ਹੈ ਉਹ ਸਾਨੂੰ ਨਹੀਂ ਖਾਣੀ ਚਾਹੀਦੀ, ਪਰ ਸਾਡੇ ਕੋਲ ਕੋਈ ਸਿਸਟਮ ਤਾਂ ਹੈ ਨਹੀਂ, ਅਤੇ ਉਹ ਸਬਜ਼ੀ ਨੇ ਵੀ ਮੰਡੀ 'ਚ ਆਉਣਾ, ਜਿਹੜੀ ਦੂਜੀ ਦੂਰ ਤੋਂ ਉਹਨੇ ਵੀ ਮੰਡੀ ਆਉਣਾ, ਫਿਰ ਮਿਕਸ ਹੋ ਜਾਂਦੀ ਹੈ, ਕੋਈ ਸੈਪਰੇਸ਼ਨ ਹੈ ਨਹੀਂ। ਸੋ ਇਹ ਸਾਡੇ ਇਨਵਾਇਰਮੈਂਟ ਦੀਆਂ ਪ੍ਰੋਬਲਮਸ ਹੈਗੀਆਂ, ਪਾਣੀ ਦੀ ਵੀ ਅਤੇ ਹਵਾ ਦੀ ਵੀ। ਸੋ PAU ਜਿਹੜੀ ਹੈਗੀ ਉਹ ਦੋਨਾਂ ਵਾਸਤੇ ਬਹੁਤ ਕੰਮ ਕਰ ਰਹੀ ਹੈ, ਜਿੱਥੇ ਥਾਈਂ ਤਾਂ ਹਵਾ ਦੀ ਗੱਲ ਹੈ। ਤੋ ਇਹ ਹਵਾ ਆਮ ਕਰਕੇ ਠੀਕ ਹੈ, ਸਾਡੀਆਂ ਦੋ ਪ੍ਰੋਬਲਮਸ ਹੁੰਦੀਆਂ ਨੇ, ਇੱਕ ਤਾਂ ਇਹ ਹੈਗਾ ਕਿ ਜਿਹੜਾ ਸਾਡਾ ਜਿਵੇਂ ਪੈਡੀ ਸਟਾ ਬਰਨਿੰਗ ਹੁੰਦਾ ਅਕਤੂਬਰ ਨਵੰਬਰ ਦੇ ਵਿੱਚ, ਉਹਦੇ ਨਾਲ ਧੂੰਆਂ ਨਿਕਲਦਾ, ਉਹਦੇ ਨਾਲ ਹਵਾ ਖਰਾਬ ਹੁੰਦੀ ਹੈ। ਸੋ PAU ਨੇ ਬਹੁਤ ਅੱਛੀ ਅੱਛੀ ਹੁਣ ਟੈਕਨੋਲੋਜੀ ਡਿਵੈਲਪ ਕੀਤੀ ਹੈ ਕਿ ਅੱਗ ਨਾ ਲੱਗੇ, ਜਿਵੇਂ ਅਸੀਂ ਵਰਾਇਟੀਆਂ ਸ਼ੋਰਟ ਕੱਢ ਦਿੱਤੀਆਂ ਨੇ ਸ਼ੋਰਟ ਡਿਊਰੇਸ਼ਨ ਵਰਾਇਟੀ ਰਾਈਸ ਦੀਆਂ, ਉਹ ਖੇਤ ਨੂੰ ਬਹੁਤ ਜਲਦੀ ਖਾਲੀ ਕਰ ਦਿੰਦੇ ਹਾਂ, ਇੱਕ ਮਹੀਨਾ ਪਹਿਲਾਂ ਖਾਲੀ ਕਰ ਦਿੰਦੇ ਹਾਂ ਕਣਕ ਤੋਂ, ਸੋ ਉਹਦੇ ਕਰਕੇ ਅੱਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਜੋ ਅਸੀਂ ਇਹ ਅਵੇਅਰਨੈਸ ਕਰ ਰਹੇ ਹਾਂ ਕਿ ਜਿਹੜੀ ਪਰਾਲੀ ਹੈ ਉਹਦੇ ਵਿੱਚ 33% ਨਿਊਟ੍ਰੀਐਂਟਸ ਹੁੰਦੇ ਨੇ, ਜੇ ਤੁਸੀਂ ਉਹ ਪਰਾਲੀ ਨੂੰ ਖੇਤ ਵਿੱਚ ਹੀ ਵਾਹੋਗੇ ਉਹਨੂੰ ਨਾ ਸਾੜੋ ਤਾਂ 33% ਨਿਊਟ੍ਰੀਐਂਟਸ ਤੁਹਾਨੂੰ ਘੱਟ ਪਾਉਣੇ ਪੈਣਗੇ, ਡਾਇਆ ਵਗੈਰਾ ਹੋਰ 33% ਘਟੂਗਾ ਤੁਹਾਡਾ। ਸੋ ਉਹਦੀਆਂ ਤੀਜਾ ਹੁਣ ਅਸੀਂ ਇਹ ਕਹਿੰਦੇ ਕਿ ਸਾਰੀ ਇੰਸਟੀਟਿਊ ਮੈਨੇਜਮੈਂਟ ਕਰੋ ਉਹਦੀ, ਉਹਨੂੰ ਅੱਗ ਨਾ ਲਾਓ। ਸੋ ਇਸ ਤਰ੍ਹਾਂ ਕਿ ਦੂਜਾ ਪਾਣੀ ਦਾ ਵੀ ਇਹ ਹੈ ਵੀ ਜਿੰਨਾ ਪਾਣੀ ਹੁਣ ਅਸੀਂ ਮੱਛੀ ਮੋਟਰਾਂ ਨਾਲ ਪੰਜਾਬ 'ਚ ਡੂੰਘਿਓ ਕੱਢ ਰਹੇ ਹਾਂ ਉਹਦੇ 'ਚ ਹੈਵੀ ਮੈਟਲਸ ਬਹੁਤ ਜ਼ਿਆਦਾ ਨੇ, ਸੋ ਉਹ ਅਸੀਂ ਕਹਿੰਦੇ ਕਿ ਉਹ ਪਾਣੀ ਜੇ ਤੁਸੀਂ ਇੱਦਾਂ ਹੀ ਲਾਓਗੇ ਉਹ ਸਾਡੀਆਂ ਸਬਜ਼ੀਆਂ ਵਿੱਚ ਫਰੂਟਸ ਵਿੱਚ ਫਸਲਾਂ 'ਚ ਆਏਗਾ ਅਤੇ ਉਹ ਫੂਡ ਚੇਨ 'ਚ ਆਉਂਦਾ ਹੈਗਾ। ਅਸੀਂ ਰਿਕਮੈਂਡੇਸ਼ਨ ਦਿੰਦੇ ਮਿਕਸ ਕਰਕੇ ਲਾਓ, ਨਹਿਰ ਦਾ ਪਾਣੀ ਅਤੇ ਟਿਊਬਵੈੱਲਾਂ ਦਾ ਪਾਣੀ, ਜਾਂ ਅਸੀਂ ਕਹਿੰਦੇ ਕਿ ਜਿੱਥੇ ਨਹਿਰ ਅਤੇ ਟਿਊਬਵੈੱਲ ਦੋਵੇਂ ਹੈ ਅਤੇ ਟਿਊਬਵੈੱਲ ਦਾ ਬਾਅਦ 'ਚ ਲਾਓ, ਪਹਿਲਾਂ ਨਹਿਰ ਦਾ ਹੀ ਲਾਓ ਜਿੰਨੀ ਦੇਰ ਨਹਿਰ ਦਾ ਪਾਣੀ ਮਿਲਦਾ, ਉਹ ਕੋਸ਼ਿਸ਼ ਕਰਦੇ ਹਾਂ, ਅਵੇਅਰਨੈਸ ਕ੍ਰੀਏਟ ਕਰਦੇ ਹਾਂ। ਸੋ ਅਸੀਂ ਪਾਣੀ ਬਾਰੇ ਵੀ ਬਹੁਤ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਅਸੀਂ ਹਵਾ ਵਾਸਤੇ ਬਹੁਤ ਕਰਦੇ ਹਾਂ, ਅਤੇ ਅਸੀਂ ਲੁਧਿਆਣੇ 'ਚ ਹੀ ਨਹੀਂ ਕਰਦੇ, ਅਤੇ ਅਸੀਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ 18 ਜ਼ਿਲ੍ਹਿਆਂ ਦੇ ਵਿੱਚ ਰਿਸਰਚ ਸਟੇਸ਼ਨ ਨੇ, ਤਕਰੀਬਨ ਹਰੇਕ ਜ਼ਿਲ੍ਹੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਟੇਸ਼ਨ ਹੈਗਾ, ਜਿੱਥੇ ਅਸੀਂ ਉੱਥੇ ਸਾਰਾ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਟ੍ਰੇਨਿੰਗ ਲਾਉਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਨਾ ਉਹ ਸੰਭਾਲਿਆ ਜਾਵੇ। ਤੀਜਾ ਸੀ ਇਹ ਹੈਗਾ ਕਿ ਵੱਧ ਤੋਂ ਵੱਧ ਹੁਣ ਇਕੱਲਾ ਕਲਾਈਮੇਟ ਵੀ ਚੇਂਜ ਹੋ ਰਿਹਾ, ਟੈਂਪਰੇਚਰ ਇਸ ਸਾਲ ਜਿਹੜਾ ਬਠਿੰਡੇ ਦਾ ਸੀ ਉਹ 45.5 ਡਿਗਰੀ ਸੈਂਟੀਗ੍ਰੇਡ ਹੋ ਗਿਆ ਸੀ, 47.5। ਸੋ ਉਹ ਸਾਨੂੰ ਖਦਸ਼ਾ ਹੈਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ 46, 47, 48 ਵੀ ਜਾਏਗਾ 8-10 ਸਾਲਾਂ ਦੇ ਵਿੱਚ, ਵੀ ਅਸੀਂ ਵੱਧ ਤੋਂ ਵੱਧ ਗ੍ਰੀਨਰੀ ਕਰੀਏ, ਵੱਧ ਤੋਂ ਵੱਧ ਗ੍ਰੀਨ ਪਲਾਂਟ ਲਾਈਏ। ਅਸੀਂ ਇੱਥੇ ਵੀ ਡਰਾਈਵ ਚਲਾਈਏ ਕਿ ਕੈਂਪਸ ਦੇ ਵਿੱਚ ਅਸੀਂ 10-12 ਹਜ਼ਾਰ ਪਲਾਂਟ ਜਿਹੜੇ ਨਵੇਂ ਲਾ ਰਹੇ ਹਾਂ, ਅਤੇ ਈਵਨ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੀ ਬਹੁਤ ਜ਼ਿਆਦਾ ਲਾਰਜ ਪਲਾਂਟੇਸ਼ਨ ਕੀਤੀ ਹੈ। ਪਰ ਇਹਨਾਂ ਦੀ ਇਹ ਹੁੰਦੀ ਹੈ ਕਿ ਪਲਾਂਟੇਸ਼ਨ ਤਾਂ ਆਪਾਂ ਹਰ ਸਾਲ ਬਹੁਤ ਕਰਦੇ ਹਾਂ, ਉਹ ਕੀ ਹੈਗਾ ਵੀ ਅੱਜ ਕੱਲ੍ਹ ਜਿਹੜੀਆਂ ਅਵਾਰਾ ਜਾਨਵਰ ਹੈ ਬਾਹਰ, ਅੱਜ ਕੱਲ੍ਹ ਮੱਝਾਂ ਬਹੁਤ ਤੁਰੀਆਂ ਫਿਰਦੀਆਂ, ਆ ਜਿਹੜੀਆਂ ਮੱਝਾਂ ਨੇ ਮੱਝਾਂ ਹੀ
ਉਹ ਖਾ ਜਾਂਦੇ ਨੇ ਜਿਹੜੇ ਲਾਏ ਹੋਏ ਨੇ ਬੂਟੇ, ਉਹ ਜਾਂ ਤਾਂ ਉਹਦੇ ਗਾਰਡ ਵੀ ਨਾਲ ਲੱਗਣ, ਪਲਾਂਟ ਲਾਇਆ ਉਹਦੇ ਨਾਲ ਗਾਰਡ ਹੋਵੇ ਤਾਂ ਕਿ ਮੱਝ ਜਿਹੜੀ ਅਵਾਰਾ ਨੇ ਉਹ ਅਵਾਰਾ ਪਸ਼ੂ ਬਹੁਤ ਨੇ ਉਹ ਹੌਲੀ ਹੌਲੀ ਪਿੱਛੇ ਖਾਂਦੇ ਰਹਿੰਦੇ ਨੇ। ਸੋ ਇਹ ਜ਼ਰੂਰੀ ਹੈਗਾ ਕਿ ਜਿੰਨੀ ਪਲਾਂਟੇਸ਼ਨ ਅਸੀਂ ਕਰਦੇ ਹਾਂ ਉਹਨੂੰ ਸੰਭਾਲਣ ਦੀ ਲੋੜ ਹੈ, ਪਹਿਲਾਂ ਉਹਦੇ ਗਾਰਡ ਵੀ ਲਾਈਏ ਅਤੇ ਨਾਲ ਨਾਲ ਅਸੀਂ ਉਹਦੇ 'ਚ ਜੋ ਜਿੱਥੇ ਜਿੱਥੇ ਪਾਣੀ ਦੀ ਲੋੜ ਹੈ ਇਰੀਗੇਸ਼ਨ ਵਗੈਰਾ ਸਾਰਾ ਨਾਲ ਫੋਲੋ ਬਹੁਤ ਜ਼ਰੂਰੀ ਹੈ। ਸੋ ਉਹਦੀ ਵੀ ਅਸੀਂ ਅਵੇਅਰਨੈਸ ਕਰਾਉਂਡ ਕਰਦੇ, ਪਲਾਂਟ ਲਾਓ। ਅਸੀਂ ਵੀ ਆਪਣੇ ਪੀਏ ਵੱਲੋਂ ਬਹੁਤ ਕਰ ਰਹੇ ਹਾਂ ਕਿ ਹਰੇਕ ਪਿੰਡ ਦੇ ਵਿੱਚ ਹਰੇਕ ਟਿਊਬਲ ਦੇ ਉੱਤੇ ਚਾਰ ਚਾਰ ਪੰਜ ਪੰਜ ਦਰੱਖਤ ਜਿਹੜੇ ਨੇ ਉਹ ਜ਼ਰੂਰ ਲਾਓ, ਫਲਾਂ ਦੇ ਲਾਓ, ਦੂਜੇ ਲਾਓ, ਅਤੇ ਸਾਰੇ ਪੰਜਾਬ 'ਚ ਇੱਦਾਂ ਅਸੀਂ। ਸੋ ਇਹ ਐਪਲੀਕੇਸ਼ਨ ਜਿਹੜੀ ਅਸੀਂ ਬਣਾਈ ਸੀ ਨਾ ਇਹ ਡਿਸਟ੍ਰਿਕਟ ਡੀਸੀ ਦੇ ਥਰੂ ਜਾਂਦੀ ਹੈਗੀ ਗਵਰਨਮੈਂਟ ਨੂੰ, ਅਤੇ ਅੱਗੇ ਚੰਡੀਗੜ੍ਹ ਦੇ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਜਿਹਦੇ 'ਚ ਉੱਥੋਂ ਦਾ ਇਨਵਾਇਰਮੈਂਟਲ ਡਿਪਾਰਟਮੈਂਟ ਆਪਣਾ ਪੋਲਿਊਸ਼ਨ ਡਿਪਾਰਟਮੈਂਟ ਜਿਵੇਂ ਹੈ ਅਤੇ ਸਾਇੰਸ ਦਾ ਡਿਪਾਰਟਮੈਂਟ, ਸਾਇੰਸ ਐਂਡ ਟੈਕਨੋਲੋਜੀ ਦਾ। ਸੋ ਉਹਨਾਂ ਦੀ ਕਮੇਟੀ ਬਣੀ ਹੋਈ ਹੈ। ਸੋ ਇਹ ਐਪਲੀਕੇਸ਼ਨਸ ਕੋਈ ਚੰਗਾ ਪਿੰਡ ਹੋਵੇ ਜਿਹਨੇ ਚੰਗਾ ਕੰਮ ਕੀਤਾ, ਸਾਫ਼ ਸੁਥਰੇ ਡੀਜ਼ਲ ਟੋਭੇ ਸਾਫ਼ ਕੀਤੇ ਹੋਣ, ਸੜਕਾਂ ਵਧੀਆ ਹੋਣ, ਨਾਲੀਆਂ ਵਧੀਆ ਹੋਣ, ਉਹ ਵੀ ਅਪਲਾਈ ਕਰਦੇ ਨੇ। ਅਤੇ ਕੋਈ ਸਕੂਲਸ ਨੇ, ਕਾਲਜਿਸ ਨੇ, ਐਨ ਜੀ ਓਜ਼ ਨੇ ਅਤੇ ਇੰਸਟੀਚਿਊਟਸ ਨੇ, ਯੂਨੀਵਰਸਿਟੀਜ਼ ਨੇ, ਸਾਰੇ ਹੀ ਅਪਲਾਈ ਕਰ ਸਕਦੇ ਉਹਦੇ 'ਚ। ਸੋ ਅਸੀਂ ਐਜ ਏ ਯੂਨੀਵਰਸਿਟੀ ਅਪਲਾਈ ਕੀਤਾ ਸੀ ਅਤੇ ਸੋ ਵੀ ਆਰ ਲੱਕੀ ਕਿ ਉਹਨਾਂ ਨੇ ਸਾਨੂੰ ਇਹ ਅਵਾਰਡ ਇੱਥੇ ਪੰਜਾਬ ਗਵਰਨਮੈਂਟ ਨੇ ਪਹਿਲੀ ਵਾਰੀ ਦਿੱਤਾ ਅਤੇ ਇਨਵਾਇਰਮੈਂਟ ਅਵਾਰਡ ਹੈਗਾ। ਸੋ ਸਾਨੂੰ ਬਹੁਤ ਚੰਗਾ ਲੱਗਦਾ, ਇਹਦੇ ਨਾਲ ਮੋਟੀਵੇਸ਼ਨ ਵੀ ਹੁੰਦੀ ਹੈ ਕਿਉਂਕਿ ਅਸੀਂ ਵੀ ਇੱਥੇ ਕਲੀਨ ਐਂਡ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੋਈ ਹੈ। ਸੋ ਉਹਨੂੰ ਹੋਰ ਪ੍ਰਮੋਟ ਕਰਾਂਗੇ ਅਸੀਂ। ਸਰ ਹੋਰ ਅਪਡੇਟ ਕੀ ਕਰ ਰਿਹਾ? ਮੈਂ ਦੇਖ ਰਿਹਾ ਕਿ ਰੈਨੋਵੇਸ਼ਨ ਕਾਫੀ ਚੱਲ ਰਹੀ ਹੈ ਇਸ ਸਮੇਂ ਯੂਨੀਵਰਸਿਟੀ ਦੇ ਅੰਦਰ, ਅਤੇ ਕਿਉਂਕਿ ਇਹ ਵੀ ਇੱਕ ਪਾਰਟੀ ਹੈ ਵਾਤਾਵਰਨ ਦਾ। ਹਾਂਜੀ, ਵਾਤਾਵਰਨ ਦਾ ਹੀ ਪਾਰਟ ਹੈਗਾ। ਦੂਜਾ ਇਹ ਸੀ ਕਿ ਜਦੀ ਸਾਡੀ ਯੂਨੀਵਰਸਿਟੀ ਬਣੀ ਹੈ ਨਾ, ਸਾਨੂੰ ਪੰਜਾਬ ਗਵਰਨਮੈਂਟ ਵੱਲੋਂ ਤਨਖਾਹ ਜਿਹੜੀ ਹੈਗੀ ਮਿਲਦੀ ਹੈ, ਸੈਲਰੀ ਸਾਨੂੰ ਮਿਲ ਰਹੀ ਹੈ, ਸਾਨੂੰ ਇੱਥੇ ਈਵਨ ਜਿਹੜੀ ਪੈਨਸ਼ਨ ਉਹ ਵੀ ਮਿਲ ਰਹੀ ਹੈ, ਅਤੇ ਰਿਸਰਚ ਵਾਸਤੇ ਅਸੀਂ ਸਰਕਾਰ ਤੋਂ ਵੀ ਪੈਸਾ ਲੈਂਦੇ, ਪੰਜਾਬ ਗਵਰਨਮੈਂਟ ਤੋਂ, ਸੈਂਟਰ ਗਵਰਨਮੈਂਟ ਤੋਂ ਵੀ ਲੈਂਦੇ ਹਾਂ, ਇੰਟਰਨੈਸ਼ਨਲ ਲੈਵਲ ਤੋਂ ਵੀ ਲੈਂਦੇ ਹਾਂ। ਪਰ ਜਿਹੜੀ ਇੱਥੋਂ ਦੀ ਇਨਫਰਾਸਟ੍ਰਕਚਰ ਹੈ ਨਾ, ਅਤੇ ਇਹਦੀ ਇੰਪਰੂਵਮੈਂਟ ਵਾਸਤੇ, ਅਪਗ੍ਰੇਡੇਸ਼ਨ ਵਾਸਤੇ ਸਾਨੂੰ ਕਿਤੇ ਬਾਹਰੋਂ ਪੈਸਾ ਨਹੀਂ ਮਿਲਦਾ, ਰਿਸਰਚ ਵਾਸਤੇ ਜਿਹੜੀਆਂ ਸਕੀਮਾਂ ਨੇ ਉਹ 'ਚ ਨਹੀਂ ਪੈਸਾ ਮਿਲਦਾ। ਇਹ ਪਹਿਲੀ ਵਾਰੀ ਹੋਇਆ ਕਿ ਇਸ ਗਵਰਨਮੈਂਟ ਨੇ ਸਾਨੂੰ 40 ਕਰੋੜ ਰੁਪਏ ਸਪੈਸ਼ਲੀ ਇਨਫਰਾਸਟ੍ਰਕਚਰ ਬਿਲਡਅਪ ਕਰ ਦਿੱਤਾ। ਸੋ ਉਹਦੇ 'ਚ ਅਸੀਂ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਨੇ, ਹੋਸਟਲ ਦਾ ਅਸੀਂ ਅਪਗ੍ਰੇਡ ਕਰਾਂਗੇ, ਅਤੇ ਬਿਲਡਿੰਗ ਜਿਹੜੇ ਰੈਜੀਡੈਂਸ਼ੀਅਲ ਹਾਊਸਿਸ ਨੇ, ਸਾਡੀ ਪ੍ਰਿੰਟਿੰਗ ਪ੍ਰੈਸ ਹੈਗੀ ਹੈ, ਲਾਇਬ੍ਰੇਰੀ ਅਸੀਂ ਅਪਗ੍ਰੇਡ ਕਰਨੀ ਹੈ, ਇੱਥੇ ਸਾਡਾ ਇੱਕ ਕਮਿਊਨਿਟੀ ਸਾਇੰਸ ਦੇ ਵਿੱਚ ਛੋਟਾ ਬੱਚਿਆਂ ਦਾ ਮਤਲਬ ਕ੍ਰਸ਼ ਹੈਗਾ, ਉਹਨੂੰ ਅਪਗ੍ਰੇਡ ਕਰਨਾ ਹੈਗਾ, ਸੜਕਾਂ ਅਸੀਂ ਵਾਈਡਨਿੰਗ ਕਰਨੀ ਹੈਗੀ, ਹੋਸਟਲ ਨੂੰ ਅਪਗ੍ਰੇਡ ਕਰਨਾ। ਸੋ ਬਹੁਤ ਸਾਰੇ ਕੰਮ ਨੇ ਜਿਹੜੇ ਅਸੀਂ ਉਹਦੇ 'ਚ ਹੁਣ ਸ਼ੁਰੂ ਕਰ ਰਹੇ ਹਾਂ। ਹਾਂਜੀ, ਸੋ ਦੋਸਤੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ, ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।